93.5 Red FM ਦੇ ਵੱਲੋਂ ਚੰਡੀਗੜ੍ਹ ਦੇ ਵਿੱਚ ਇੱਕ Red FM Achievers Award 2024 ਕਰਵਾਇਆ ਗਿਆ ਜਿਸ ਦੇ ਵਿੱਚ ਵੱਖ-ਵੱਖ ਖੇਤਰਾਂ ਦੇ ਵਿੱਚ ਮੱਲਾਂ ਮਾਰਨ ਵਾਲੀਆਂ ਸ਼ਖਸੀਅਤਾਂ ਨੂੰ Red FM Achievers Award ਦੇ ਨਾਲ ਸਨਮਾਨਿਤ ਕੀਤਾ ਗਿਆ ਜਿਸ ਵਿੱਚ ਖਾਸ ਤੌਰ ਤੇ ਇਹ ਅਵਾਰਡ ਬਾਲੀਵੁੱਡ ਸਟਾਰ ਸੁਨੀਲ ਸ਼ੈਟੀ ਦੇ ਵੱਲੋਂ ਦਿੱਤਾ ਗਿਆ ਇਸੇ ਦੌਰਾਨ ਬਹੁਤ ਹੀ ਖਾਸ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ ਜਿਸ ਵਿੱਚ ਕ੍ਰੀਏਟਿਵ ਫਿਊਚਰ ਕੌਂਸਲੇਜ਼ਾ ਦੇ ਡਾਇਰੈਕਟਰ ਗੁਰਪ੍ਰੀਤ ਕੌਰ ਪਾਠ ਨੂੰ ਸਟੂਡੈਂਟ ਵੀਜ਼ਾ ਐਕਸਪਰਟ Red FM Achievers Award 2024 ਦੇ ਨਾਲ ਸਨਮਾਨ ਦਿੱਤਾ ਗਿਆ ਐਕਸਲੈਂਸ ਇਨ ਸਟੱਡੀ ਵੀਜ਼ਾ ਐਕਸਪਰਟਸ ਐਂਡ ਇਟ ਗੋਜ਼ ਟੂ ਕ੍ਰੀਏਟਿਵ ਫਿਊਚਰ ਕੌਂਸਲੈਂਜ਼ਾ ਐਂਡ ਆਈ ਰਿਕੁਐਸਟ ਡਾਇਰੈਕਟਰ ਮਿਸ ਗੁਰਪ੍ਰੀਤ ਕੌਰ ਬਾਠ ਟੂ ਪਲੀਜ਼ ਜੁਆਇਨ ਅਸ ਔਨ ਦ ਸਟੇਜ